ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਕੁਲਦੀਪ ਕੌਰ ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕਰਦੀ ਹਾਂ। ਅਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਯੂਨੀਕ ਜੀ ਰੈਸਪੀ ਸ਼ੇਅਰ ਕਰਾਂਗੇ। ਹਾਂਜੀ, ਅੱਜ ਆਪਾਂ ਪੀਜ਼ਾ ਬਣਾਵਾਂਗੇ ਅਤੇ ਪੀਜ਼ਾ ਓਵਨ ਦੇ ਵਿੱਚ ਬਣਾਵਾਂਗੇ, ਮਾਈਕ੍ਰੋਵੇਵ ਵਾਲਾ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਅਤੇ ਗ੍ਰਿੱਲ ਦੇ ਵਿੱਚ ਵੀ ਕਿਸ ਤਰ੍ਹਾਂ ਪੀਜ਼ਾ ਬਣਦਾ ਉਹ ਵੀ ਤੁਹਾਨੂੰ ਦੱਸਾਂਗੇ। ਅਤੇ ਇਹ ਸਿੰਪਲ ਜੀ ਰੈਸਪੀ ਹੈ ਅਤੇ ਇਹਦੇ ਵਿੱਚ ਆਪਾਂ ਹਰ ਇੱਕ ਚੀਜ਼ ਪਾਵਾਂਗੇ ਜੋ ਆਪਣੇ ਘਰ ਵਿੱਚ ਹੁੰਦੀ ਹੈ। ਪਨੀਰ ਵੀ ਪਾਵਾਂਗੇ, ਚੀਜ਼ ਪਾਵਾਂਗੇ, ਨਾਲ ਨਾਲ ਜਿਹੜੀ ਵੈਜੀਟੇਬਲ ਵੀ ਜੋ ਤੁਹਾਨੂੰ ਪਸੰਦ ਹੈ ਉਹ ਆਪਾਂ ਪਾ ਸਕਦੇ ਹਾਂ ਇਹਦੇ ਵਿੱਚ। ਅਤੇ ਬਹੁਤ ਹੀ ਟੇਸਟੀ ਅੱਜ ਆਪਣਾ ਪੀਜ਼ਾ ਜਿਹੜਾ ਹੈਗਾ ਬਣ ਕੇ ਤਿਆਰ ਹੋਣ ਵਾਲਾ ਹੈ, ਅਤੇ ਬੱਚਿਆਂ ਦੀ ਪਹਿਲੀ ਪਸੰਦ। ਅਤੇ ਚਲੋ ਜੀ ਸ਼ੁਰੂ ਕਰਦੇ ਹਾਂ ਪੀਜ਼ਾ ਬਣਾਉਣਾ। ਅਤੇ ਘਰ ਦੇ ਵਿੱਚ ਪੀਜ਼ਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਬੇਸ ਤਿਆਰ ਕਰਨਾ। ਪੀਜ਼ਾ ਬੇਸ ਬਣਾਉਣ ਦੇ ਲਈ ਆਪਾਂ ਇੱਥੇ ਮੈਦਾ ਲਿਆ, ਮੈਦਾ ਜਿਹੜਾ ਹੈਗਾ 2 ਕਟੋਰੀ ਯੂਜ਼ ਕਰਾਂਗੇ। ਇੱਥੇ ਆਪਾਂ ਕੌਲੀ ਜਿਹੜੀ ਹੈਗੀ ਕਟੋਰੀ ਦਾ ਮੈਜ਼ਰਮੈਂਟ ਰੱਖਿਆ ਹੈਗਾ, ਅਤੇ 2 ਕੌਲੀਆਂ ਆਪਾਂ ਜਿਹੜਾ ਮੈਦੇ ਦੀਆਂ ਪਾਉਣੀਆਂ, ਅਤੇ ਅੱਧੀ ਕਟੋਰੀ ਆਪਾਂ ਦਹੀਂ ਲਵਾਂਗੇ। ਅਤੇ ਇਹ ਹੈਗੀ ਹੈ ਜੀ ਪੀਸੀ ਹੋਈ ਚੀਨੀ, 2 ਵੱਡੇ ਚਮਚ ਚੀਨੀ ਦੇ, 2 ਚਮਚ ਹੀ ਆਪਾਂ ਜਿਹੜੇ ਹੈਗੇ ਆ ਮਿਲਕ ਪਾਊਡਰ ਦੇ ਪਾਵਾਂਗੇ। ਜੇਕਰ ਮਿਲਕ ਪਾਊਡਰ ਨਹੀਂ ਹੈਗਾ ਤਾਂ ਆਪਾਂ ਜਿਹੜਾ ਡੋ ਬਣਾਉਣ ਦੇ ਲਈ ਪਾਣੀ ਯੂਜ਼ ਕਰਨਾ, ਉਹ ਪਾਣੀ ਦੀ ਥਾਂ 'ਤੇ ਆਪਾਂ ਜਿਹੜਾ ਦੁੱਧ ਯੂਜ਼ ਕਰ ਸਕਦੇ ਹਾਂ। ਅਤੇ ਜੇਕਰ ਆਪਣੇ ਕੋਲ ਮਿਲਕ ਪਾਊਡਰ ਨਹੀਂ ਹੈ ਤਾਂ, ਅਤੇ ਨਹੀਂ ਫਿਰ ਆਪਾਂ ਜਿਹੜਾ ਹੈਗਾ ਪਾਣੀ ਦੇ ਨਾਲ ਹੀ ਆਟਾ ਜਿਹੜਾ ਹੈਗਾ ਉਹ ਬਣਾਉਣਾ। ਅਤੇ ਇਹ 2 ਕਟੋਰੀਆਂ ਆਪਾਂ ਜਿਹੜੀਆਂ ਪਾ ਲੈਣੀਆਂ ਮੈਦੇ ਦੀਆਂ, ਅਤੇ ਨਾਲ ਅੱਧੀ ਕਟੋਰੀ ਉਹੀ ਜਿਹੜੀ ਹੈਗੀ ਦਹੀਂ ਦੀ ਪਾ ਲੈਣੀ ਹੈ। ਦਹੀਂ ਜ਼ਿਆਦਾ ਜਿਹੜਾ ਹੈਗਾ ਖੱਟਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਕ ਦਿਨ ਪਹਿਲਾਂ ਆਪਾਂ ਇਹ 10 ਤੋਂ 12 ਘੰਟੇ ਦੇ ਲਈ ਆਪਾਂ ਜਿਹੜਾ ਹੈਗਾ ਆਟਾ ਗੁੰਨ ਕੇ ਰੱਖਣਾ ਖਮੀਰਨ ਆਉਣ ਤੱਕ। ਅਤੇ ਇਹ ਹੁਣ ਆਪਾਂ ਚੀਨੀ ਵਿੱਚ ਪਾ ਲਈ ਹੈ, ਦਹੀਂ ਵੀ ਪਾ ਲਿਆ, ਅਤੇ ਨਾਲ ਇਹ ਮਿਲਕ ਪਾਊਡਰ ਪਾ ਲਿਆ, ਅਤੇ ਥੋੜ੍ਹਾ ਜਿਹਾ ਨਮਕ ਵੀ ਡਾਲ ਲਾਂਗੇ। ਅਤੇ ਇਹ ਹੈਗਾ ਜੀ ਰਿਫਾਇੰਡ ਆਇਲ, ਇਹ ਵੀ ਯੂਜ਼ ਕਰਾਂਗੇ ਵਿੱਚ ਆਟਾ ਆਪਾਂ ਬਣਾਉਣਾ ਹੈਗਾ ਡੋ ਬਣਾਉਣਾ। ਅਤੇ ਜਿਸ ਤਰ੍ਹਾਂ ਆਪਾਂ ਭਟੂਰਿਆਂ ਵਾਸਤੇ 1 ਦਿਨ ਪਹਿਲਾਂ ਆਟਾ ਗੁੰਨ ਕੇ ਰੱਖਦੇ ਹਾਂ ਨਾ ਖਮੀਰਨ ਆਉਣ ਦੇ ਲਈ, ਭਟੂਰੇ ਬਣਾਉਣ ਤੋਂ ਪਹਿਲਾਂ ਆਪਾਂ 10-12 ਘੰਟੇ ਪਹਿਲਾਂ ਆਟਾ ਗੁੰਨ ਕੇ ਰੱਖਦੇ ਹਾਂ, ਉਸੇ ਤਰ੍ਹਾਂ ਆਪਾਂ ਜਿਹੜਾ ਪੀਜ਼ੇ ਦਾ ਡੋ ਬਣਾਉਣਾ ਹੈਗਾ ਘਰ ਵਿੱਚ ਤਿਆਰ ਕਰਨਾ, ਉਹ ਵੀ ਆਪਾਂ 10-12 ਘੰਟੇ ਪਹਿਲਾਂ ਇਸ ਤਰ੍ਹਾਂ ਦਹੀਂ ਪਾ ਕੇ ਮੈਦੇ ਦਾ ਜਿਹੜਾ ਹੈਗਾ ਡੋ ਬਣਾ ਕੇ ਉਹ ਤਿਆਰ ਕਰਨਾ ਹੈ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਪਾ ਲਾਂਗੇ ਵਿੱਚ, ਅਤੇ ਹੁਣ ਇਸਨੂੰ ਗੁੰਨ ਲੈਣਾ ਚੰਗੀ ਤਰ੍ਹਾਂ, ਆਟੇ ਦੇ ਵਾਂਗ ਗੁੰਨਣਾ, ਪਰ ਆਪਾਂ ਨੋਰਮਲ ਆਟੇ ਤੋਂ ਥੋੜ੍ਹਾ ਜਿਹਾ ਇਸਨੂੰ ਪਤਲਾ ਰੱਖਣਾ, ਢਿੱਲਾ ਰੱਖਣਾ ਮੀਨਸ, ਅਤੇ ਜ਼ਿਆਦਾ ਹਾਰਡ ਨਹੀਂ ਕਰਨਾ ਹੈਗਾ। ਇਸ ਤਰ੍ਹਾਂ ਪਾਣੀ ਵਿੱਚ ਪਾਉਂਦੇ ਹੋਏ ਜਿਸ ਤਰ੍ਹਾਂ ਆਪਾਂ ਨੋਰਮਲ ਆਟਾ ਗੁੰਨਦੇ ਹਾਂ ਉਸੇ ਤਰ੍ਹਾਂ ਇਸਨੂੰ ਗੁੰਨ ਲੈਣਾ, ਅਤੇ ਢਿੱਲਾ ਗੁੰਨਣਾ ਆਮ ਆਟੇ ਦੇ ਨਾਲੋਂ। ਇਸਨੂੰ ਉਦੋਂ ਤੱਕ ਇਸ ਤਰ੍ਹਾਂ ਜਿਹੜਾ ਹੈਗਾ ਗੁੰਨਣਾ ਜਦੋਂ ਤੱਕ ਇਹ ਲੇਸ ਨਾ ਇੱਕ ਚੰਗੀ ਤਰ੍ਹਾਂ ਬਣ ਜਾਵੇ, ਚਿਪਕਣੋਂ ਨਾ ਹਟ ਜਾਵੇ ਨਾਲ ਬਰਤਨ ਦੇ, ਹੱਥਾਂ ਨਾਲੋਂ ਲੈਣੋ ਨਾ ਹਟ ਜਾਵੇ, ਤਦ ਤੱਕ ਆਪਾਂ ਇਸਨੂੰ ਚੰਗੀ ਤਰ੍ਹਾਂ ਗੁੰਨਣਾ ਵਾ 10 ਮਿੰਟ ਤੱਕ ਇਸ ਤਰ੍ਹਾਂ। ਅਤੇ ਲਓ ਜੀ 10 ਮਿੰਟਾਂ ਦੇ ਬਾਅਦ ਇਸ ਤਰ੍ਹਾਂ ਦਾ ਬਣ ਜਾਏਗਾ, ਬਹੁਤ ਹੀ ਲੇਸਦਾਰ, ਬਿਲਕੁਲ ਵੀ ਹੱਥ ਨਾਲ ਚਿਪਕੇਗਾ ਨਹੀਂ। ਅਤੇ ਇਸ ਤਰ੍ਹਾਂ ਆਪਾਂ ਘਿਓ ਲਗਾਉਂਦੇ ਹੋਏ ਜਿਹੜਾ ਹੈਗਾ ਇਸਨੂੰ ਐਂਡ 'ਤੇ ਸੈੱਟ ਕਰਨਾ, ਤੁਸੀਂ ਦੇਖੋ ਕਿੰਨਾ ਸੋਹਣਾ ਆਪਣਾ ਜਿਹੜਾ ਹੈਗਾ ਡੋ ਬਣ ਕੇ ਤਿਆਰ ਹੋਇਆ, ਢਿੱਲਾ ਹੈਗਾ ਅਤੇ ਚਿਪਕ ਵੀ ਨਹੀਂ ਰਿਹਾ ਹੱਥਾਂ ਦੇ ਨਾਲ, ਅਗਰ ਥੋੜ੍ਹਾ ਬਹੁਤ ਚਿਪਕੇ ਵੀ ਤਾਂ ਘਿਓ ਲਗਾ ਲੈਣਾ। ਅਤੇ ਇਸਨੂੰ ਆਪਾਂ ਹੁਣ ਇਸੇ ਜਿਹੜਾ ਹੈਗਾ ਬਰਤਨ ਦੇ ਵਿੱਚ ਹੀ ਰੱਖ ਦਾਂਗੇ, ਥੋੜ੍ਹਾ ਜਿਹਾ ਘਿਓ ਲਗਾ ਕੇ ਨੀਚੇ, ਅਤੇ ਇਸ ਤਰ੍ਹਾਂ ਸੈੱਟ ਕਰਕੇ ਰੱਖ ਦਾਂਗੇ। ਖੁੱਲ੍ਹੇ ਬਰਤਨ ਦੇ ਵਿੱਚ ਰੱਖਣਾ ਕਿਉਂਕਿ ਇਹਨੇ ਫੁੱਲ ਕੇ ਜਿਹੜਾ ਦੁੱਗਣਾ ਹੋ ਜਾਣਾ ਅਗਲੇ 10 ਘੰਟੇ ਦੇ ਬਾਅਦ। ਅਤੇ ਹੁਣ 10 ਘੰਟੇ ਦੇ ਬਾਅਦ ਇਸਨੂੰ ਦੇਖਾਂਗੇ, ਢੱਕ ਕੇ ਰੱਖ ਦੇਣਾ ਆਪਾਂ 10 ਘੰਟੇ ਦੇ ਬਾਅਦ ਆਪਾਂ ਇਸਨੂੰ ਜਿਹੜਾ ਹੈਗਾ ਪੀਜ਼ੇ ਦੇ ਬੇਸ ਬਣਾਵਾਂਗੇ। ਅਤੇ ਹਾਂਜੀ, ਮੈਂ ਉੱਪਰ ਗਿੱਲਾ ਕੱਪੜਾ ਦਿੱਤਾ ਸੀ ਸਿੱਲਾ, ਫਰਿੱਜ 'ਚ ਰੱਖਿਆ ਇਹਨੂੰ 10-12 ਘੰਟੇ ਦੇ ਲਈ ਫਰਿੱਜ ਦੇ ਵਿੱਚ ਰੱਖ ਦਿੱਤਾ। ਅਤੇ ਜਦੋਂ ਆਪਾਂ ਬੇਸ ਬਣਾਉਣੀ ਹੈ ਨਾ, ਅਤੇ ਉਸ ਤੋਂ 1 ਘੰਟਾ ਪਹਿਲਾਂ ਆਪਾਂ ਫਰਿੱਜ ਵਿੱਚੋਂ ਇਸਨੂੰ ਕੱਢ ਦੇਣਾ, 1 ਘੰਟਾ ਪਹਿਲਾਂ ਆਪਾਂ ਫਰਿੱਜ ਵਿੱਚੋਂ ਕੱਢ ਕੇ ਰੱਖ ਦੇਣਾ। ਅਤੇ ਹੁਣ ਆਪਾਂ ਇਸ ਦਾ ਜਿਹੜਾ ਹੈਗਾ ਉਸੇ ਤਰ੍ਹਾਂ ਲੋਈ ਤੋੜਾਂਗੇ ਅਤੇ ਪੀਜ਼ਾ ਬੇਸ ਬਣਾਵਾਂਗੇ ਹੱਥ ਦੇ ਨਾਲ। ਹੱਥ ਦੇ ਨਾਲ ਬਣਾਵਾਂਗੇ ਤਾਂ ਬਹੁਤ ਵਧੀਆ ਬਣੇਗਾ, ਬਹੁਤ ਵਧੀਆ ਪੱਕੇਗਾ, ਕਿਉਂਕਿ ਜਿਹੜੀ ਇਹਦੇ ਵਿੱਚ ਫਲੱਫੀ ਹੋਇਆ ਇਹ ਹਵਾ ਭਰੀ ਹੋਈ ਹੈ ਇਸ ਤਰ੍ਹਾਂ ਖਮੀਰਨ ਆਇਆ ਉਹ ਖਰਾਬ ਨਹੀਂ ਹੋਊਗਾ। ਜੇਕਰ ਆਪਾਂ ਇਸਨੂੰ ਵੇਲਣ ਦੇ ਨਾਲ ਵੇਲਾਂਗੇ ਤਾਂ ਉਹ ਸੈੱਟ ਨਹੀਂ ਹੁੰਦਾ ਗਾ, ਸੋਹਣਾ ਨਹੀਂ ਪੱਕਦਾ ਬਾਅਦ ਵਿੱਚ।
ਅਤੇ ਸੋਫਟ ਨਹੀਂ ਰਹਿੰਦਾ ਅੰਦਰੋਂ। ਅਤੇ ਇਸ ਤਰ੍ਹਾਂ ਹੱਥ ਨਾਲ ਆਪਾਂ ਇਸ ਨੂੰ ਫੁਲਾਵਾਂਗੇ ਤਾਂ ਇਹ ਅੰਦਰੋਂ ਜਿਹੜਾ ਹੈਗਾ ਬਹੁਤ ਹੀ ਸੋਫਟ ਰਹੇਗਾ, ਜਦੋਂ ਆਪ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਲੱਗੇਗਾ। ਅਤੇ ਸਾਈਡਾਂ ਤੋਂ ਥੋੜ੍ਹਾ ਜਿਹਾ ਮੋਟਾ ਰੱਖਣਾ ਇਸ ਤਰ੍ਹਾਂ, ਅਤੇ ਸੈਂਟਰ 'ਚ ਥੋੜ੍ਹਾ ਪਤਲਾ। ਅਤੇ ਹੁਣ ਆਪਾਂ ਇਹਦੇ ਵਿੱਚ ਥੋੜ੍ਹੇ ਜਿਹੇ ਫੋਗ ਦੇ ਨਾਲ ਸੁਰਾਖ ਕਰ ਦਾਂਗੇ ਤਾਂ ਜੋ ਫੁੱਲੇ ਨਾ। ਅਤੇ ਇਸ ਨੂੰ ਤਵੇ ਦੇ ਉੱਪਰ ਥੋੜ੍ਹਾ ਜਿਹਾ ਪਕਾ ਲੈਣਾ, ਬਿਲਕੁਲ ਥੋੜ੍ਹਾ ਥੋੜ੍ਹਾ ਪਕਾਉਣਾ ਤਾਂ ਜੋ ਇਹ ਟਿਕ ਜਾਵੇ, ਕਿਉਂਕਿ ਢਿੱਲਾ ਹੁੰਦਾ। ਇਸ ਕਰਕੇ ਟਿਕਾਉਣ ਦੇ ਲਈ ਆਪਾਂ ਇਸ ਨੂੰ ਥੋੜ੍ਹਾ ਜਿਹਾ ਪਕਾਉਣਾ ਬਸ। ਅਤੇ ਹੁਣ ਆਪਾਂ ਦੀ ਜਿਹੜੀ ਹੈਗੀ ਆ ਟੋਪਿੰਗ ਕਰਾਂਗੇ ਪੀਜ਼ੇ ਦੀ। ਇਸ ਦੇ ਲਈ ਇਹ ਹੈਗੀ ਆ ਪੀਜ਼ਾ ਪਾਸਤਾ ਸੌਸ, ਅਤੇ ਜਿਹੜੀ ਹੈਗੀ ਆ ਟਮਾਟੋ ਸੌਸ ਉਹ ਮਿਲਾ ਲਈਆਂ, ਅਤੇ ਇਹ ਹੈਗੇ ਆ ਜੀ ਆਪਣੇ ਸਵੀਟ ਕੋਰਨ, ਪਨੀਰ ਲੈ ਲਿਆ, ਚੀਜ਼ ਲੈ ਲਿਆ, ਅਤੇ ਇਹ ਹੈਗੇ ਆ ਸ਼ਿਮਲਾ ਮਿਰਚ, ਟਮਾਟਰ ਅਤੇ ਪਿਆਜ਼ ਇਹਨਾਂ ਨੂੰ ਬਰੀਕ ਕੱਟ ਲਿਆ। ਅਤੇ ਇਹਦੇ ਵਿੱਚ ਹੁਣ ਆਪਾਂ ਨਮਕ ਮਿਰਚ ਜੋ ਮਿਲਾਉਣਾ ਮਿਲਾਵਾਂਗੇ। ਇਹਦੇ ਵਿੱਚ ਪਾਇਆ ਜੀ ਅੱਧਾ ਚਮਚ ਕਾਲਾ ਨਮਕ, ਅੱਧਾ ਚਮਚ ਸਧਾਰਨ ਨਮਕ, ਕਾਲੀ ਮਿਰਚ ਲੈ ਲਈ ਆ, ਅਤੇ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਇਹ ਚੀਜ਼ਾਂ ਪਾਉਣੀਆਂ। ਅਤੇ ਇਹ ਹੈਗਾ ਚਾਟ ਮਸਾਲਾ ਥੋੜ੍ਹਾ ਜਿਹਾ, ਬਸ ਇਹੀ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਕੇ ਮਿਕਸ ਕਰ ਲੈਣੀਆਂ, ਅਤੇ ਪੀਜ਼ੇ ਦੇ ਉੱਪਰ ਜਿਹੜੀਆਂ ਹੈਗੀਆਂ ਲਗਾਉਣੀਆਂ। ਕੋਈ ਵੀ ਆਪਾਂ ਵੈਜੀਟੇਬਲ ਜਿਹੜੀ ਇਸ ਤਰ੍ਹਾਂ ਬਰੀਕ ਕੱਟ ਕੇ ਇਸ ਦੇ ਉੱਪਰ ਪਾ ਸਕਦੇ ਹਾਂ ਅਗਰ ਆਪਾਂ ਇਸ ਨੂੰ ਘਰ ਵਿੱਚ ਬਣਾਉਣਾ। ਪਰ ਇਹਦਾ ਟੇਸਟ ਜਿਹੜਾ ਹੈਗਾ ਬਿਲਕੁਲ ਹੀ ਜਿਹੜਾ ਹੈਗਾ ਬਾਜ਼ਾਰ ਵਰਗਾ ਹੀ ਆਉਂਦਾ ਵਾ, ਕਿਉਂਕਿ ਚੀਜ਼ ਜ਼ਿਆਦਾ ਇਹਦੇ ਵਿੱਚ ਹੁੰਦਾ ਵਾ। ਪਹਿਲਾਂ ਆਪਾਂ ਜਿਹੜੀ ਹੈਗੀ ਆ ਪੀਜ਼ਾ ਪਾਸਤਾ ਸੌਸ ਅਤੇ ਟਮਾਟੋ ਕੈਚਅਪ ਜਿਹੜੀ ਮਿਕਸ ਕੀਤੀ ਸੀ ਉਹ ਲਗਾਤੀ ਆ, ਫਿਰ ਆਪਾਂ ਉਹਦੇ ਵਿੱਚ ਪਤਲਾ ਪਤਲਾ ਫੈਲਾਉਣਾ ਵਾ ਮੋਜ਼ਰੇਲਾ ਚੀਜ਼, ਉਸ ਤੋਂ ਬਾਅਦ ਵੈਜੀਟੇਬਲਸ, ਅਤੇ ਉਸ ਤੋਂ ਬਾਅਦ ਸਵੀਟ ਕੋਰਨ ਲਾਤੇ ਆ, ਅਤੇ ਹੁਣ ਉੱਪਰ ਆਪਾਂ ਪਨੀਰ ਲਗਾ ਦਾਂਗੇ। ਅਤੇ ਜੋ ਪੈਨਾਸੋਨਿਕ ਆਪਣੇ ਕੋਲ ਹੈਗਾ ਓਵਨ, ਇਹਦੇ ਵਿੱਚ ਜਿਹੜੀਆਂ ਵਿਦਆਊਟ ਓਇਲ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਣ ਜਾਂਦੀਆਂ, ਪੱਕ ਜਾਂਦੀਆਂ। ਇਹਦੇ ਵਿੱਚ ਜ਼ਿਆਦਾ ਓਇਲ ਲਗਾਉਣ ਦੀ ਲੋੜ ਨਹੀਂ ਹੁੰਦੀ ਗੀ। ਹੁਣ ਆਪਾਂ ਉੱਪਰ ਦੀ ਔਰ ਚੀਜ਼ ਡਾਲ ਦਿੱਤਾ ਹੈਗਾ, ਕਿਉਂ ਓਨੀਅਨ ਲਗਾ ਦਿੱਤੇ ਆ ਥੋੜ੍ਹਾ ਜਿਹਾ, ਇਸ ਨੂੰ ਗਾਰਨਿਸ਼ ਕਰ ਦਿੱਤਾ ਤਾਂ ਜੋ ਬਾਅਦ ਵਿੱਚ ਵੀ ਸੋਹਣਾ ਲੱਗੇ। ਅਤੇ ਹੁਣ ਆਪਾਂ ਜਿਹੜਾ ਹੈਗਾ ਇਸ ਦੇ ਉੱਪਰ ਚਿੱਲੀ ਫਲੈਕਸ ਥੋੜ੍ਹੀਆਂ ਜਿਹੀਆਂ ਛਿੜਕ ਮਤਲਬ ਉੱਪਰ ਧੂੜ ਦੇਣੀ ਆ। ਅਤੇ ਹੁਣ ਆਪਾਂ ਇਹ ਰੱਖ ਦਿੱਤਾ ਜੀ। ਇਹ ਪਹਿਲਾਂ ਤਾਂ ਆਪਾਂ ਗ੍ਰਿਲ ਵਾਲਾ ਬਣਾਵਾਂਗੇ। ਗ੍ਰਿਲ ਵਿੱਚ ਆਪਾਂ ਸਟੀਲ ਯੂਜ਼ ਕੀਤਾ, ਅਤੇ ਗ੍ਰਿਲ ਔਨ ਕਰਕੇ ਅਤੇ 5 ਮਿੰਟ ਲਗਾ ਦੇਣੀ ਆ, 5 ਵਾਰੀ ਪ੍ਰੈੱਸ ਕਰਨਾ ਬਟਨ ਨੂੰ, ਅਤੇ ਸਟਾਰਟ ਬਟਨ ਪ੍ਰੈੱਸ ਕਰ ਦੇਣਾ। ਅਤੇ 5 ਮਿੰਟ ਦੇ ਬਾਅਦ ਗ੍ਰਿਲ ਵਿੱਚ ਆਪਣਾ ਜਿਹੜਾ ਹੈਗਾ ਪੀਜ਼ਾ ਬਣ ਕੇ ਤਿਆਰ ਹੋ ਜੂਗਾ। ਅਤੇ ਲਓ ਜੀ ਗ੍ਰਿਲ ਵਿੱਚ ਆਪਣਾ ਪੀਜ਼ਾ ਬਣ ਕੇ ਤਿਆਰ ਹੈ। ਗ੍ਰਿਲ ਦੇ ਵਿੱਚ ਆਪਾਂ ਸਟੀਲ ਦੇ ਜਿਹੜੇ ਹੈਗੇ ਆ ਬਰਤਨ ਯੂਜ਼ ਕਰ ਸਕਦੇ ਹਾਂ, ਅਤੇ ਬਹੁਤ ਹੀ ਸੋਹਣਾ ਲੱਗ ਰਿਹਾ, ਅਤੇ ਬਹੁਤ ਹੀ ਸੋਹਣਾ ਪੱਕਿਆ ਵੀ ਆ 5 ਮਿੰਟ ਦੇ ਵਿੱਚ ਸਿਰਫ। ਹੁਣ ਆਪਾਂ ਇਸ ਨੂੰ ਥੋੜ੍ਹਾ ਜਿਹਾ ਵੇਟ ਕਰਨਾ ਅਤੇ ਫਿਰ ਬਾਹਰ ਕੱਢਣਾ। ਜਦੋਂ ਆਪਾਂ ਇਸ ਨੂੰ ਕੱਟਣਾ ਵੀ ਹੈ ਤਾਂ ਵੀ ਆਪਾਂ ਥੋੜ੍ਹਾ ਜਿਹਾ ਰੁੱਕ ਕੇ ਕੱਟਣਾ, ਤਾਂ ਜੋ ਇਹ ਜਿਹੜਾ ਚੀਜ਼ ਜਿਹੜਾ ਇਹਦੇ ਵਿੱਚ ਮੈਲਟ ਹੋਇਆ ਨਾ ਉਹ ਥੋੜ੍ਹਾ ਜਿਹਾ ਸੈੱਟ ਹੋ ਜਾਵੇ, ਕਿਉਂਕਿ ਗਰਮ ਗਰਮ ਹੁੰਦਾ ਥੋੜ੍ਹਾ ਜਿਹਾ ਪੱਗ ਰਿਹਾ ਹੁੰਦਾ ਹੈ ਨਾ। ਅਤੇ ਬਹੁਤ ਹੀ ਸੋਹਣਾ, ਵਾਓ, ਹੁਣੇ ਖਾਣ ਨੂੰ ਦਿਲ ਕਰ ਰਿਹਾ। ਕਹਿੰਦੇ ਥੋੜ੍ਹਾ ਵੇਟ ਕਰੋ 1-2 ਮਿੰਟ ਦਾ, ਪਰ ਵੇਟ ਨਹੀਂ ਨਾ ਹੁੰਦਾ ਜਦੋਂ ਇਸ ਤਰ੍ਹਾਂ ਦੀ ਸਵਾਦਿਸ਼ਟ ਚੀਜ਼ ਮੂਹਰੇ ਪਈ ਹੋਵੇ ਖਾਣ ਨੂੰ, ਹੈ ਨਾ। ਬੱਚੇ ਦਾ ਕੀ ਆਪਣਾ ਖੁਦ ਦਾ ਵੀ ਜਿਹੜਾ ਹੈਗਾ ਮਨ ਲਲਚਾ ਆ ਜਾਂਦਾ ਕਿ ਨਹੀਂ ਇਹ ਵੀ ਖਾਣਾ। ਅਤੇ ਗਰਮ ਗਰਮ ਹੀ ਇਸ ਨੂੰ ਕੱਟ ਕੇ ਅਤੇ ਫਿਨਿਸ਼ਿੰਗ ਵੀ ਇਹਦੀ ਕਰ ਦਿੱਤੀ ਆ, ਫਿਨਿਸ਼ ਵੀ ਕਰ ਦਿੱਤਾ। ਲਓ ਜੀ, ਅਤੇ ਹੁਣ ਆਪਾਂ ਬਣਾਵਾਂਗੇ ਮਾਈਕ੍ਰੋਵੇਵ ਦੇ ਵਿੱਚ ਪੀਜ਼ਾ, ਅਤੇ ਉਹ ਵੀ ਤੁਹਾਨੂੰ ਦੱਸਾਂਗੇ। ਜਿਸ ਤਰ੍ਹਾਂ ਆਪਾਂ ਗ੍ਰਿਲ ਮੋਡ ਯੂਜ਼ ਕਰਕੇ ਆਪਾਂ 5 ਮਿੰਟ ਯੂਜ ਕੀਤੇ ਸੀਗੇ ਪ੍ਰੈੱਸ, ਹੁਣ ਮਾਈਕ੍ਰੋਵੇਵ ਯੂ ਬਟਨ ਨੂੰ ਪ੍ਰੈੱਸ ਕਰਕੇ 10 ਮਿੰਟ ਜਿਹੜੇ ਹੈਗੇ ਆਪਾਂ ਲਗਾਏ ਸੀ, ਅਤੇ 10 ਮਿੰਟ ਦੇ ਬਾਅਦ ਆਪਾਂ ਜਿਹੜਾ ਹੈਗਾ ਆਪਣਾ ਪੀਜ਼ਾ ਕੱਢ ਦਿੱਤਾ ਮਾਈਕ੍ਰੋਵੇਵ ਤੋਂ ਬਾਹਰ, ਓਵਨ ਤੋਂ ਬਾਹਰ। ਅਤੇ ਇਹ ਹੈਗਾ ਜੀ ਆਪਣਾ ਮਾਈਕ੍ਰੋਵੇਵ ਵਿੱਚ ਪੱਕਿਆ ਹੋਇਆ ਪੀਜ਼ਾ, ਗਰਮਾ ਗਰਮ ਹੈ, ਔਰ ਦੇਖੋ ਅਭੀ ਵੀ ਪੱਕ ਰਿਹਾ। ਅਤੇ ਇਹਨੂੰ ਕੱਟ ਲਵਾਂਗੇ, ਹਾਲੇ ਜ਼ਿਆਦਾ ਗਰਮ ਹੈ, ਇਸਨੂੰ 1-2 ਮਿੰਟ ਦੇ ਲਈ ਆਪਾਂ ਜਿਹੜਾ ਹੈਗਾ ਰੱਖ ਕੇ 1 ਮਿੰਟ ਵਾਸਤੇ, ਫਿਰ ਬਾਅਦ ਵਿੱਚ ਕੱਟ ਕੇ ਸਰਵ ਕਰ ਸਕਦੇ ਹਾਂ। ਇੱਕ ਤਾਂ ਗਰਮ ਖਾਧਾ ਵੀ ਨਹੀਂ ਜਾਂਦਾ ਇੰਨਾ, ਅਤੇ ਇੱਕ ਜਿਹੜਾ ਹੁੰਦਾ ਜਿਹੜਾ ਮੋਜ਼ਰੇਲਾ ਚੀਜ਼ ਹੁੰਦਾ ਉਹ ਮੈਲਟ ਹੋਇਆ ਹੁੰਦਾ, ਅਤੇ ਉਹ ਥੋੜ੍ਹਾ ਜਿਹਾ ਸੈੱਟ ਹੋ ਜਾਂਦਾ ਅਗਰ ਆਪਾਂ 1 ਮਿੰਟ ਦੇ ਲਈ ਉਸਨੂੰ ਰੱਖ ਦਾਂਗੇ।
तो बहुत ही टेस्टी बहुत ही यम्मी हमारा पिज़्ज़ा जोड़ा है वो बन के तैयार है अभी घर में, थोड़े थानू तो उठा के दिखाऊंगी इसनों, क्यों बच्चों का काम जोड़ा है बहुत आसान हो गया क्योंकि घर में ओवन आ गया तो हम रोज़ की फरमाइश पिज़्ज़े की होया करनी है। तो हाँ जी आ देखो कितना सोहना चीज़ जी हमारा पिज़्ज़ा जोड़ा है बन के तैयार है। तो आज की वीडियो तुम्हें किस तरह की लगी प्लीज़ लाइक कमेंट से शेयर जरूर करो जी, साढ़े चैनल सब्सक्राइब जरूर करो। वीडियो देखने लिए बहुत बहुत धन्यवाद।